कोई भी लिटिगेशन जी कोर्ट कचहरी मेरी अगे सारे अगे हाथ जोड़ चलो कर लें सारी फोटो वाले सामने दिखावा जेडी तुसी यहां लिखा प्रधान जी ई 6/22 दी पुष्टि तां तुसी कर चुके 12/8/22 नूं जो स्पेशल मीटिंग की थी तुसी पुष्टि की थी हुण 30/22 दी कादी साडे को पुष्टि कराने आ किस गल दी करा रहे कोई करा लो मसला ही हल किया 30/6 की जगह 12/8 लेके कर लो टिप्पणी चल पढ़ सारे मुलाजमान एक गल देख लियो अभी एक रिक्वेस्ट पुराने पुराने ही रखे जेड़ा दस वाला एक कोई एक बाद चो करते हैं फायर ब्रिगेड का दस कलर्क ऑलरेडी काम कर दे हाउस नूं दस्या जावे दसां दे नाम ने ना करो बाई नेम ये मता पास किया जावे कोई मतलब पुराने जेडे दस कोई रखे आ मेरी गल सुन हाउस बोलो ना सारे हाउस दस दियो केड़े आ चलो जाते ही आंदे अगला कर लो एक प्रधान जी पुराने मता पास होके आया मुंडे दा पैसियां दा
मतलब जेड़ा पलंबर सीगा ओदा डायरेक्टर को पास होके मता आ गया ओदे पैसे दे दी इन्हां नूं मता पास होके आया पहुंच चुका जी डेढ़ हो चुका एक मुंडे दा पलंबर दा इलेक्ट्रीशियन भी तीन पुराने ही दे दियो ਸਾਡੇ ਕੋਲੋਂ ਇੱਥੇ ਪਾਸ ਕਰਾ ਲਓ ਟੇਬਲ ਆਈਟਮ ਪਾ ਕੇ ਇਹਨਾਂ ਨੂੰ ਮਟੀਰੀਅਲ ਤਾਂ ਲੈ ਦਿਓ ਮਟੀਰੀਅਲ ਲੈ ਕੇ ਦੇਣਾ ਠੇਕਾ ਟੈਂਡਰ ਕਰਨਾ ਤੁਸੀਂ ਆਊਟਸੋਰਸ ਜੋ ਵੀ ਕਰਨਾ ਜਦੋਂ ਵੀ ਇਹਨੂੰ ਜੇਈ ਨੂੰ ਪੁੱਛਿਆ ਜਾਂਦਾ ਇਹ ਕਹਿ ਦਿੰਦਾ ਮੇਰੇ ਕੋਲ ਮਟੀਰੀਅਲ ਲੈਣੇ ਉੱਠ ਕੇ ਦੱਸ ਬਈ ਚੈੱਕ ਕਰ ਲੋ ਸ਼ਹਿਰ ਕਿੰਨੀਆਂ ਜਗਦੀਆਂ ਕਿੰਨੀਆਂ ਬੰਦ ਵਾ ਬਿਲਕੁਲ ਝੂਠ ਬੋਲਦੇ ਪਏ ਤੁਸੀਂ ਹਾਊਸ ਦੇ ਵਿਚ ਜਿਹੜੇ ਮਰਜ਼ੀ ਮੁਲਾਜ਼ਮ ਨੂੰ ਪੁੱਛ ਲਓ ਹੁਣ ਸਾਰੇ ਮੈਂਬਰ ਚੁੱਪ ਕਰਕੇ ਬੈਠੇ ਨਹੀਂ ਚੁੱਪ ਕਰਕੇ ਕਿਹਲੇ ਬੈਠੇ ਆ ਬੰਦ ਆ ਪੁਆਇੰਟ ਆ ਸਮਾਨ ਦੇ ਆ ਇੱਕ ਮਿੰਟ ਰੁਕੋ ਰੁਕੋ ਸਮਾਨ ਹੈ ਨਹੀਂ ਰਿਪੇਅਰ ਨਹੀਂ ਹੋ ਰਿਪੇਅਰ ਦਾ ਸਮਾਨ ਉਹਦਾ ਨਹੀਂ ਹੈ ਜਿਹੜੀ ਐਲਈਡੀ ਕੰਪਨੀ ਨਹੀਂ ਪ੍ਰਧਾਨ ਜੀ ਉਹਦਾ ਵੀ ਹੱਲ ਅਸੀਂ ਬਾਅਦ ਚੋਂ ਲੈ ਕੇ ਜਾਣਾ ਅਸੀਂ ਤਾਂ ਬਹੁਤ ਦੁਖੀ ਆ ਐਲਈਡੀ ਲਾਈਟਾਂ ਨੂੰ ਪ੍ਰਧਾਨ ਜੀ ਰਿਪੇਅਰ ਹੁੰਦੀਆਂ ਮਤਲਬ ਇੱਕ ਤਰੀਕਾ ਨਹੀਂ ਹਰ ਅਸੀਂ ਕਹਿੰਦੇ ਤੁਸੀਂ ਪਾਲੋ ਸਮਾਨ ਦੇ ਦਿਓ ਜੇਈ ਨੇ ਆਪਣੇ ਅਸੀਂ ਜੇਈ ਦਾ ਨਹੀਂ ਕਬੂਲ ਕਰਦੇ ਉਹਨੇ ਜੇਬ ਚੋਂ ਥੋੜਾ ਦੇਣਾ ਯਾਰ ਹਾਊ ਚੋਂ ਰੁਬਲ ਹੈ ਨਹੀਂ ਮੁੜ ਕੇ ਆਟੀਆਂ ਪੈਂਦੀਆਂ ਉਹਦੀਆਂ ਵਿਚਾਰੇ ਦੀਆਂ ਅੱਛਾ ਨਾਮ ਦੱਸਾਂ ਜੀ ਹੁਣ ਆਹ ਤਾਂ ਪੜ੍ਹੋ ਜੀ 3 ਲੱਖ ਰੁਪਏ ਦਾ ਸਪਲਾਈ ਆਪਣੇ ਇਹਦਾ ਬਹੁਤ ਆ ਦੱਸੋ ਜੀ ਐਸਟੀਮੇਟ ਐਮਪੀ ਨੂੰ ਸਾਈਨ ਕਰਾ ਕੇ ਟੈਂਡਰ ਲਾ ਕੇ ਸਪਲਾਈ ਗੱਲ ਪਤਾ ਕੀ ਆ ਜੀ ਅੱਜ ਟੇਬਲ ਆਈਟਮ 1 ਮਿੰਟ ਅੱਜ ਟੇਬਲ ਆਈਟਮ ਦੇ ਵਿੱਚ 5 ਲੱਖ ਰੁਪਏ ਦੇ ਸਮਾਨ ਦਾ ਐਸਟੀਮੇਟ ਬਣਾ ਲਓ 3 ਲੱਖ ਸਮਾਨ 1 ਮਿੰਟ ਜੀ 5 ਲੱਖ ਦਾ ਐਸਟੀਮੇਟ ਬਣਾ ਕੇ ਅਫਸਰਾਂ ਕੋ ਸਾਈਨ ਕਰਾ ਕੇ ਟੈਂਡਰ ਲਾ ਬਾਅਦ ਚੋ ਕਰਨੀ ਜਿਹੜੇ 10 ਬੰਦਿਆਂ ਦੇ ਨਾਮ ਹੈ ਉਹਨਾਂ ਚੋਂ ਹੈ ਸ਼ਰਵਿਲ ਖੋਸਲਾ ਨਿਸ਼ਾ ਰਾਣੀ ਬਲਵਿੰਦਰ ਕੁਮਾਰ ਸਿਕੰਦਰ ਸੁਨੀਤਾ ਵਿਕਾਸ ਅੰਜਨਾ ਨੰਦਨੀ ਸ਼ਰੂਤੀ ਤੇ ਹਿਤੇਸ਼ੀ ਉਹ ਉੱਪਰ ਵਾਲੀ ਕਿੱਥੇ ਗਈ ਉਹ ਬਲਵਿੰਦਰ ਸਿਕੰਦਰ ਸੁਨੀਤਾ ਵਿਕਾਸ ਅੰਜਨਾ ਨੰਦਨੀ ਸ਼ਰੂਤੀ ਤੇ ਹਿਤੇਸ਼ੀ ਅਸੀਂ ਸਾਰਾ ਹਾਊਸ ਤੁਹਾਨੂੰ ਹੋਰ ਰਿਕੁਐਸਟ ਕਰਦੇ ਹਾਂ ਜੇ ਕੋਈ ਹੋਰ ਤੁਸੀਂ ਮਾਈਂਡ ਨਾ ਕਰਿਓ ਪੜਦੇ ਦੇ ਪਿੱਛੇ ਰੱਖਿਆ ਉਹਦਾ ਵੀ ਨਾਮ ਪਾਲੋ ਸਾਨੂੰ ਕੋਈ ਇਤਰਾਜ ਨਹੀਂ ਹਾਲਾਤ ਦੇਖੋ ਜਿੱਥੇ ਡੈਥ ਦਾ ਸਰਟੀਫਿਕੇਟ ਲੈਣਾ ਨਾ ਫਾਰਮ ਉਹ ਕੁੜੀਆਂ ਕੋਲ ਸਟੇਸ਼ਨਰੀ ਹੈ ਨੀ ਕਿ ਫਾਰਮ ਫੋਟੋ ਕਾਪੀ ਕਰਾ ਕੇ ਲਿਆ ਜਾਂਦਾ ਇਹ ਤੋਂ ਸ਼ਰਮ ਵਾਲੀ ਗੱਲ ਸਾਡੇ ਲਈ ਕਿਹੜੀ ਹੋ ਸਕਦੀ ਆ ਨਹੀਂ ਨਹੀਂ ਫੋਟੋ ਦੇਖੋ ਉਹਨਾਂ ਕੋਲ ਸਟੇਸ਼ਨਰੀ ਨੀ ਹੈਗੀ ਅਸੀਂ ਸਟੇਸ਼ਨਰੀ ਦੀ ਗੱਲ ਕਰ ਰਹੇ ਹਾਂ
ਉਹਨਾਂ ਦੇ ਕੋਲ ਜਿਹੜਾ ਨਾ ਜਨਮ ਦਾ ਆ ਨਾ ਮੌਤ ਦਾ ਆ ਉਹ ਫੋਟੋ ਕਾਪੀ ਕਰਾ ਕੇ ਦਿੱਤਾ ਜਾਂਦਾ। ਦੇਖੋ ਬੜੀ ਸ਼ਰਮ ਵਾਲੀ ਗੱਲ ਹੈ ਤੁਹਾਡੇ ਲਈ। ਉਹ ਤਾਂ ਉਹਨਾਂ ਨੂੰ ਸਰ ਪ੍ਰੋਵਾਈਡ ਕਰਵਾ ਦਿਓ, ਰਿਕੁਐਸਟ ਆ ਸਾਡੀ, ਬਹੁਤ ਇਨਸਲਟ ਹੋਈ ਇਸ ਗੱਲ ਦੀ। ਪਿਛਲੇ ਆਜ਼ਾਦੀ ਕਮੇਟੀ ਬਣੀ ਆ ਜਿਹੜੇ ਵੈਸੇ ਹੀ ਉਹ ਕਿਹੜਾ ਐਟ ਏ ਟਾਈਮ ਕੀ ਕਹਿੰਦੇ ਹੁੰਦੇ ਆ ਕੰਮ ਕਰਾਉਣ ਦੇ, ਨਹੀਂ ਕਟੇਸ਼ਨਾਂ ਦੇ, ਨਹੀਂ 35 ਧਾਰਾ ਦਾ ਪ੍ਰਧਾਨ ਜੀ ਦੀ ਪਾਵਰ ਆ। ਸਾਨੂੰ ਅਗਲੀ ਮੀਟਿੰਗ ਦੇ ਵਿੱਚ ਡਿਟੇਲ ਚ ਦੱਸਿਆ ਜਾਵੇ, ਸਾਰਾ ਲਿਖ ਲਓ ਗੱਲ ਇਹ ਪੁਆਇੰਟ ਬਈ ਡੇਢ ਸਾਲ ਚ ਕਿੰਨੀਆਂ ਕਟੇਸ਼ਨਾਂ ਤੇ ਕਿੰਨੇ ਲੱਖ ਰੁਪਈਆ ਖਰਚ ਹੋਇਆ ਕਟੇਸ਼ਨਾਂ ਤੇ, ਜਿਹਦਾ ਮੈਂ ਪੁਆਇੰਟ ਨੋਟ ਕਰ ਲਓ। ਡਿਟੇਲ ਵਾਈਜ਼ ਸਾਨੂੰ ਚਾਹੀਦੀ ਆ ਬਈ ਕਿੰਨੀ ਕਟੇਸ਼ਨਾਂ ਤੇ ਕਿੰਨੇ ਲੱਖ ਰੁਪਈਆ ਖਰਚ ਹੋਇਆ। ਤੁਸੀਂ ਸਾਨੂੰ ਮਾੜਾ ਜਿਹਾ ਦੱਸ ਦਿਓ ਇੰਨਾ ਕੁ ਖਰਚਾ ਹੋ ਜਾਂਦਾ, ਇਹਦੇ ਵਿੱਚ ਦੱਸਣ ਚ ਵੀ ਤੁਹਾਨੂੰ ਤਰਾਜ਼, ਕਿਉਂਕਿ ਅਸੀਂ ਜਦੋਂ ਕੰਮ ਕਹਿੰਦੇ ਆ ਤਾਂ ਸਾਨੂੰ ਉੱਡ ਮੋਹਰਿਓ। ਮੈਂ ਤੁਹਾਨੂੰ ਦੱਸਦਾ ਕਿਉਂ ਕਹਿਣਾ ਪੈ ਰਿਹਾ, ਤੁਹਾਡਾ ਵਾਰਡ ਆ ਬਰਨਾਲਾ ਰੋਡ ਵਾਲਾ, ਉੱਥੇ ਬੰਦਾ ਡਿੱਗਿਆ, ਮੇਨ ਹੋਲ ਨੀਵਾਂ ਚਾਰ ਕਰਤੇ, ਦੋ ਮੇਨ ਹੋਲ ਕਿਤੇ ਸੀਵਰੇਜ ਵਾਲੇ ਨੇ ਆ ਠੇਕੇਦਾਰ ਨੇ ਖੋਲੇ, ਬੰਦਾ ਉੱਥੇ ਡਿੱਗਿਆ, ਇੱਕ ਠੇਕੇਦਾਰ ਆ 98,769,933,949 ਪਤਾ ਨਹੀਂ ਬੰਸਲ ਦਾ ਭਤੀਜਾ ਕੌਣ ਆ, ਉਹਨੂੰ ਮੈਂ ਕਿਹਾ ਬਈ ਤੂੰ ਯਾਰਾ ਠੀਕ ਕਰ ਦੇ ਜਿੱਥੇ ਤੂੰ ਇੰਨੇ ਕੀਤੇ। ਉਹ ਕਹਿੰਦਾ ਜੀ ਮੈਨੂੰ ਨੀ ਮਿਲਦੇ ਪਏ ਪੈਸੇ, ਬੁਲਾ ਲਓ ਉਹਨੂੰ ਇੱਥੇ ਟੇਕੇ ਦਾ। ਉਹ ਮੈਂ ਕਿਹਾ ਬੰਦਾ ਡਿੱਗ ਗਿਆ, ਮੈਨੂੰ ਕਹਿੰਦਾ ਚਾਰ ਡਿੱਗਣ ਜੀ, ਜਾਂ ਸਾਨੂੰ ਕਿਸੇ ਨੇ ਕਮੇਟੀ ਨੇ ਪੈਸੇ ਨੀ ਦੇਣੇ, ਤੇ ਉਹਦਾ ਟੈਂਡਰ ਹੋਇਆ ਆ, ਉਹਦਾ ਤਾਂ ਟੈਂਡਰ ਹੋਇਆ ਆ ਤੁਹਾਡੇ ਕੋਲ, ਟੈਂਡਰ ਤੇ ਕੰਮ ਕਰਦਾ ਤਾਂ ਉਹਨੇ ਜਵਾਬ ਦਿੱਤਾ। ਮੈਂ ਤਾਂ ਕਹਿੰਦਾ ਨਹੀਂ ਨਹੀਂ ਦੇਖੋ ਪ੍ਰਧਾਨ ਜੀ, ਜਿਹੜੇ ਮੇਰੀ ਬੇਨਤੀ ਸੁਣੋ, ਜਿਹੜੇ ਲੋਕ ਇੱਥੇ ਤੇ ਕੰਮ ਹੈ ਨਾ, ਈਓ ਸਾਹਿਬ ਨੇ ਵਧੀਆ ਗੱਲ ਕਹੀ ਆ, ਉਹ ਕੰਮ ਹੋਣੇ ਚਾਹੀਦੇ ਆ। ਲਗਭਗ 2 ਮਹੀਨੇ ਤੋਂ ਮੈਂ ਢੱਕਣਾ ਨੂੰ ਕਹਿ ਚੁੱਕਾ, 2 ਮਹੀਨੇ ਤੋਂ ਤੁਹਾਡੇ ਧਿਆਨ 'ਚ ਵੀ ਆ, 2 ਮਹੀਨੇ ਤੋਂ ਠੇਕੇਦਾਰ ਫੋਨ ਕਰ ਦਿੰਦਾ ਬੰਦੇ ਆ ਰਹੇ ਆ, 2 ਮਹੀਨੇ ਤੋਂ ਹਜੇ ਤੱਕ ਮੇਰੇ ਕੋਲ ਬੰਦੇ ਨਹੀਂ ਆਏ। 2 ਮਹੀਨੇ ਦੇ ਅੰਦਰ ਜਿਹੜਾ ਪਬਲਿਕ ਹਿੱਤ ਦੇ ਵਿੱਚ ਕੰਮ ਆ ਯਾਰ, ਜੇ ਉਹੀ ਨਹੀਂ ਹੋਊਗਾ ਤੇ ਅਸੀਂ ਜਵਾਬ ਦੇ ਲੋਕਾਂ ਨੂੰ ਕੀ ਆ, ਢੱਕਣਾ ਢੱਕਣ ਵੀ ਨਹੀਂ ਸਾਨੂੰ ਮਿਲਦੇ, ਇਹ ਤੋਂ ਮਾੜੀ ਗੱਲ ਸਾਡੇ ਲਈ ਕੀ ਹੋ ਸਕਦੀ ਹੈ। ਉਹਦੀ ਸਕਿਉਰਿਟੀ ਆ, ਇੱਕ ਅੱਧੇ ਦੀ ਜ਼ਬਤ ਕਰ ਲਓ, ਕਰੋ ਜੀ ਫਿਰ ਆਪਾਂ ਜਿਹੜਾ ਨਹੀਂ ਕੰਮ ਕਰਦਾ। ਮੰਡੀ ਵਾਲੇ ਠੇਕੇਦਾਰ ਨੂੰ ਵੀ ਕੱਢ ਦਿਓ ਨੋਟਿਸ, ਮਾਰਾ ਉਹ ਵੀ ਉਹੀ ਆ ਦੁਬਾਰਾ ਲਾ ਦਿੱਤਾ। ਠੀਕ ਆ ਜੀ, ਚਲੋ ਜੀ, ਚਲੋ ਅੱਗੇ ਅੱਗੇ ਚਲੋ ਜਰਾ ਜੀ, ਉਹ ਕਰਿਓ ਪਰਵਿੰਦਰ ਸਿੰਘ ਕਰ ਦਿਓ ਜੀ, ਕਰ ਦਿਓ ਕਰਦੇ ਕਰਦੇ
ਹਰਕਿਸ਼ਨ ਸਿੰਘ ਫਾਇਰ ਮੈਨ ਨੂੰ ਦੇ ਦਿਓ ਜੀ ਬਣ ਦੀ ਤਨਖਾਹ ਦੇ ਦਿਓ ਜੀ ਸਰਬਸੰਮਤੀ ਨਾਲ ਪ੍ਰਵਾਨੇ ਉਹਨੂੰ ਗੱਲੇ ਨੂੰ ਅਸੀਂ ਰੂਲ ਕਾਹਨੂੰ ਪਾਣੇ ਰੂਲਾਂ ਨੂੰ ਤਾਂ ਸਾਨੂੰ ਚੋਪੜਾ ਜੀ ਯਾਦ ਕਰਾ ਦਿੱਤਾ ਜਤਿੰਦਰ ਕੁਮਾਰ ਦਾ ਨੀ ਭੇਜਣਾ ਜੀ ਅਸੀਂ ਬਾਹਰ ਨੀ ਭੇਜਣਾ ਉਹਨੂੰ ਕਮੇਟੀ ਕਿੱਦਾਂ ਚੱਲੂਗੀ ਗੱਲ ਗਲਤ ਆ ਰੋਕ ਲਾ ਦਿਓ ਪਰਚਿਆਂ ਮਤਲਬ ਸਾਡੀ ਕਮੇਟੀ ਨੀ ਚੱਲਣੀ ਲੇਖਾ ਜਗ੍ਹਾ ਤੇ ਕੈਸ਼ੀਅਰ ਪਾਸੋਂ ਉਹਨਾਂ ਨੇ ਦੋ ਕੰਪਿਊਟਰ ਖਰੀਦਣੇ ਵੈਸੇ ਮੈਂ ਬੇਨਤੀ ਕਰੂੰਗਾ 50,000 ਦਾ ਪਾਸ ਕਰੀਏ 11-10 ਦੀ ਜਗ੍ਹਾ 11 ਕਰ ਲੋ ਜੇ ਹੋਰ ਕੋਈ ਰਹਿੰਦਾ ਤਾਂ 12 ਕਰੋ ਕਿਸੇ ਨਾਲ ਬਿੱਤ ਕਰਾਣਾ ਕਰੋ ਕਰਦੇ ਗੱਲ ਗਲਤ ਆ ਉਹ ਲਾ ਲੋ 12 ਕਰ ਲੋ ਮੈਨੂੰ ਥੋੜਾ ਕੋਈ ਇਤਰਾਜ ਆ ਜੀ ਤਾਂ ਪਹਿਲੇ ਸਮੇਂ ਦੀ ਇੱਕ ਗੱਲ ਕਹੀ ਆ ਪਾਇਆ ਉਹਦਾ ਪਾਇਆ ਮੈਨੂੰ ਇਸ਼ਾਰਾ ਕੀਤਾ ਵੀ ਜਿਹੜੇ ਚੋਰ ਦਰ ਰੋਜ ਕਹਿੰਦੇ ਹੈਲਪਰ ਰੱਖਿਆ ਉਹ ਨਹੀਂ ਉਦਾਂ ਨਾ ਬਚਾਈ ਰੱਖ ਲਿਆ ਬਾਤਾਂ ਦੀ ਬਾਤਾਂ ਤੁਹਾਡਾ ਨਾਂ ਪਊਗਾ ਦੇਖੋ ਜੀ ਮੇਰੀ ਗੱਲ ਸੁਣੋ 10 ਦੇ 11 ਕਰ ਨਹੀਂ 12 12 ਆ ਜੀ ਚਾਹ ਹੋਰ ਰੱਖਿਆ ਆ ਕੋਡ ਉਹ ਰੱਖਿਆ ਜੀ ਇਹਨਾਂ ਨੇ ਮੈਨੂੰ ਉਹਦਾ ਵਟਸਐਪ ਆਇਆ ਤਦੇ ਤਾਂ ਮੈਂ ਕਹੀ ਜਾਂਦਾ 12 ਕਰ ਲੋ ਬਾਅਦ ਚ ਕਹੋ ਜੀ ਹੁਣ ਪੰਜਾਹ ਹਜ਼ਾਰ ਦੀ ਜਗ੍ਹਾ 50,000 ਕੀਤਾ ਪ੍ਰਧਾਨ ਜੀ ਪਾਵਰਾਂ ਕੀਤੀਆਂ ਸੀ ਕੋਈ ਚੱਕਰ ਨੀ ਅਧਿਕਾਰ ਦਿੰਦੇ ਆ ਕਿਸੇ ਦਾ ਵਾਰਡ ਹੋਵੇ ਜਿੱਥੇ ਲੋਕ ਇੱਥੇ ਚ ਕੰਮ ਪ੍ਰੋਪਰਟੀ ਤੇ ਹੋਣਾ ਚਾਹੀਦਾ ਮੁਲਾਜ਼ਮਾਂ ਦੇ ਮਤੇ ਲੈ ਮੀਟਿੰਗ ਕਰ ਲਓ 35 ਦਾ ਵਿਰੋਧ ਨਹੀਂ ਕਰਾਂਗੇ ਕੰਮ ਹੋਇਆ ਹੋਵੇ ਜਿਹਦੇ ਮਰਜ਼ੀ ਵਾਰਡ ਦੇ ਹੋਵੇ ਕਿਸੇ ਵੱਲੋਂ ਵੀ ਨਹੀਂ ਅਸੀਂ ਤਾਂ ਬਾੜੇ ਕਹਿੰਦਾ ਜੀ ਪਾਇਆ ਤੁਸੀਂ ਏਦਾਂ ਲਾਈਟ ਇੱਧਰ ਸੁਣੋ ਏਦਾਂ ਲਾਈਟ ਏਦਾਂ ਗਲੀ ਸੀ ਇੱਕ ਵਾਰਡ ਸਾਡੇ ਵਾਲਿਆਂ ਦਾ ਸੀ ਇੱਕ ਇੱਧਰ ਉਹ ਕਹਿੰਦਾ ਜੀ ਮੈਨੂੰ ਇੱਧਰ ਹੁਕਮ ਹੋਇਆ ਮੈਂ ਕਿਹਾ ਇੱਧਰ ਕੌਣ ਆ
प्रधान जी एक वादा कर दो खत्म कर दिता है नहीं अ कहने पहला होर किसी पुछ लिया ओनू बिदगा ओनू ना होवे कोई इतराज भी सच बहुत वधिया गल कीती मैं प्रधान जी तुहाडी सरकार आ आम आदमी पार्टी दी साडे सारे मैं कहना हाउस वालों आपां बेनती पाईए माइनिंग का जो इशू है ओनू आपां हल करिए क्योंकि माइनिंग का इशू ओदे करके कोई भी ठेकेदार काम नहीं कर रहा मेरी गल सुनो जेडे तुहाडे सरकारी ठेकेदार हैगे आ तुसीं लैटर अपनी लैटर हेड ते लेके दिओ ठेकेदार ईओ साहब लैटर लिख के देने डीसी साहब को मंजूरी देके माल लेके दिने सारा बहाना आ कहते माइनिंग का बहाना आ जो घर च की कहते पैसे ना आने ना लड़ाई तद ही होंगी ਉਹ ਕੀ ਕਹਿੰਦੇ ਆ ਵੀ ਇਸ ਕਮੇਟੀ ਤੋਂ ਸਾਨੂੰ ਪੈਸੇ ਨਹੀਂ ਮਿਲਦੇ ਮੈਨੂੰ ਨਹੀਂ ਪਤਾ ਕੀ ਕਾਰਨ ਆ ਕੰਮ ਸੁਣੋ ਉਹਨਾਂ ਨੂੰ ਪੁੱਛ ਲਓ ਨਾ ਤੁਸੀਂ ਪੁੱਛੋ ਪੁੱਛ ਲਓ ਕਈ ਵਾਰ ਪੁੱਛ ਲਿਆ ਨਹੀਂ ਸੁਣੋ ਨਾ ਥੋੜਾ ਪ੍ਰੈਸ ਵੀ ਸੁਣਦੀ ਆਪਾਂ ਹਾਊਸ ਵਿੱਚ ਗੱਲ ਕਰਦੇ ਪਏ ਆ ਤੁਸੀਂ ਬਲਾਕ ਪੁੱਛ ਲਓ ਅਗਲੇ ਸੈਕਿੰਡ ਗੱਲ ਅੱਜ ਕੱਲ ਨਵਾਂ ਸ਼ਹਿਰ ਮਾਈਨਿੰਗ ਦਾ ਕੀ ਰੋਲ ਆ ਨਵਾਂ ਸ਼ਹਿਰ ਚ ਤਾਂ ਮਿਕਸ ਪਲਾਂਟ ਹੀ ਆ ਨੀ ਪਲਾਂਟ ਤਾਂ ਜਲੰਧਰ ਬਣਾ ਕੇ ਲਿਆਂਦੇ ਆ ਉਹ ਕਹਿੰਦੇ ਸਮਾਨ ਮਹਿੰਗਾ ਬਹੁਤ ਹੋਇਆ ਮੇਰੀ ਗੱਲ ਸੁਣੋ ਜਿਹੜੇ ਠੇਕੇਦਾਰ ਨੇ ਟੈਂਡਰ ਲੈ ਲਿਆ ਜਾਂ ਉਹ ਕਵੇ ਟੈਂਡਰ ਕੈਂਸਲ ਕੀਤਾ ਜਾਂਦਾ ਦੇਖੋ ਗਲੀਆਂ ਪੱਟ ਕੇ ਛੱਡ ਦਿੱਤੀਆਂ ਲੋਕ ਉਹ ਕਹਿੰਦੇ ਜੀ ਗਲੀ ਕਦੋਂ ਬਣੂਗੀ ਅਸੀਂ ਕੀ ਕਹੀਏ ਜੀ ਰੇਟ ਵੱਧ ਗਿਆ ਠੇਕੇਦਾਰ ਨੂੰ ਰੇਟ ਪੁੱਗਦਾ ਸੀ ਉਹਨੇ ਉਸ ਟਾਈਮ ਲਿਆ ਬਣਾਈ ਮੇਰੀ ਗੱਲ ਸੁਣੋ ਤੁਸੀਂ ਗੱਲ ਨਹੀਂ ਸਮਝੇ ਜਦੋਂ ਵਰਕ ਆਰਡਰ ਦੇ ਦਿੱਤਾ ਉਹਦੇ ਚ ਟਾਈਮ ਬਾਉਂਡ ਆ ਵਰਕ ਆਰਡਰ ਚ ਉਹ ਕਿਉਂ ਨੀ ਕਰਦੇ ਇੱਕ ਮਿੰਟ ਜੀ ਪੁੱਛਣ ਇਹ ਤਾਂ ਤੁਸੀਂ ਸਾਰੇ ਬੈਠੇ ਆ ਜਿਹੜੇ ਠੇਕੇਦਾਰ ਨੇ ਕੰਮ ਲੈ ਲਿਆ ਜੇ ਸੀਮਿੰਟ ਦਾ ਰੇਟ 400 ਰੁਪਈਆ ਸੀ ਘੱਟ ਕੇ 300 ਕਿਆ ਕਮੇਟੀ ਨੂੰ ਛੱਡਦਾ ਜੇ ਵੱਧ ਗਿਆ ਤਾਂ ਕਮੇਟੀ ਨਾਲੇ ਵਰਕ ਆਰਡਰ ਦਿੱਤਾ ਟਾਈਮ ਬਾਉਂਡ ਆ ਇਹ ਆਪਣੇ ਐਕਸ਼ਨ ਨੂੰ ਕੋ ਇੱਕ ਦੋ ਨੂੰ ਝਟਕਾ ਲਾਵੇ ਤੁਹਾਡੇ ਮਗਰ ਮਗਰ ਫਿਰੂਗੇ ਇਹ ਕੋਈ ਐਕਸਕਿਊਜ਼ ਥੋੜੋ ਆ ਮੈਂ ਤਾਂ ਜਾਣਾ ਕੱਜੇ ਨੂੰ ਬਲੈਕਲਿਸਟ ਕਰੋ ਪਹਿਲੀ 16 ਤੱਕ 35 ਚ ਪ੍ਰਧਾਨ ਜੀ ਉਹਨਾਂ ਨੇ ਲਈਏ ਸੀ 6 ਟਾਟਾ ਇਸ ਡਰਾਈਵਰ 12 ਟਰਾਲੀ ਮੈਂ ਤੇ ਜੀਸੀਬੀ ਆਪਰੇਟਰ ਸਰਕਾਰ ਦੀਆਂ ਹਦਾਇਤਾਂ ਆ ਬ੍ਰਿਟਿਸ਼ ਜਿਹੜੀ ਇੰਡੀਆ ਪ੍ਰਾਈਵੇਟ ਲਿਮਿਟਡ ਆ ਪੋਰਟਲ ਦੇ ਰੇਟ ਆ ਤੁਸੀਂ ਵਧਾ ਡਾਕਟਰ ਅੰਬੇਦਕਰ ਦੇ ਵਿੱਚ ਪਾਣੀ ਨੀ ਹੈਗਾ ਦੂਸਰੇ ਟੈਂਕਰ ਲੈ ਜਾ ਕੇ ਰਖਾਏ ਉਹਨੇ ਪੈਪ ਨੀ ਪਾਈ
ਇੰਦਰਾਪੁਰੀ ਜਾਂਦੀ ਨੀ ਉੱਥੇ ਲਾਈਟਾਂ ਵੀ ਨੀ ਜਗਾਉਂਦੇ ਹੈਗੇ ਜਾਂ ਜਾਂਦੇ ਹੱਥ ਲਾ ਕੇ ਮੁੰਡਿਆਂ ਦੇ ਆ ਅਸੀਂ ਕੀ ਕਰੀਏ ਕਿਹੜੇ ਪਾਣੀ ਜਾ ਕੇ ਬਣੀਏ ਚਲੋ ਪੜੋ ਵਿਆਹ ਕਰਾਓ ਆਇਆ ਕਰਿਆ ਕਰੋ ਡਾਕਟਰ ਮੇਰੇ ਦਾ ਨੋਟ ਕਰੋ ਜਰੂਰ ਕਰੋ ਜੀ ਸਾਹਿਬ ਤੁਸੀਂ ਇਹਨਾਂ ਤੋਂ ਲਾਈਟਾਂ ਦਾ ਨੋਟ ਕਰੋ ਹਾਂਜੀ उपरांत कार साधक अफसर वालों ए भी दस्या गया के उन्हां वालों मानजोग डायरेक्टर स्थानक सरकार विभाग जी दे पत्र नंबर 86/9/2022 राही श्री आर सी श्री एडवोकेट दी बतौर लीगल एडवाइजर दी नियुक्ति बारे लिखा गया सी। कार साधक अफसर वालों ए भी नोटिस विच लिया गया कि डायरेक्टर स्थानक सरकार विभाग पंजाब चंडीगढ़ जी दे दफ्तर दे सीनियर कानूनी अफसर वालों श्री आर सी श्री एडवोकेट नु वकील नियुक्त करना प्रवान किया गया है। प्रधान हाउस जेड़ा डायरेक्टर तो उत्ते नहीं हैगा ठीक है जी। सब तो पहला इस हाउस दे विच प्रधान जी ने एक चिट्ठी ला के जड़ा एल ए सीगा एस के सरीन ओदी जगह अपनी चिट्ठी ते अपनी नोटिंग ला के कोई होर वकील परमेश सुमन कीता सी। इसलिए असी इस कमेटी दी बेहतरी लई आर सी सरीन दा समर्थन करदे आ। दो मिंट जी सुन लई आ नहीं पाया कोई सुमन दा मते च नहीं सी पिया। आर सी सरीन नूं असी बतौर एल ए चाहने आ जिहदा साडे सारिआं दे वल्लों लिख लो भी असी आर सी सरीन चाहने आ। क्यों चाहने आ क्यों चाहने प्रधान जी कारण तां दस्सो ਜਿਹੜਾ ਆਪਣੇ ਲੜੋਈਆ ਸਾਹਿਬ ਵਾਲਾ ਕੇਸ ਆ ਉਹ ਪਹਿਲਾਂ ਲੜ ਚੁੱਕੇ ਸੀ ਇਸ ਕਰਕੇ ਉਹ ਨਹੀਂ ਲੜ ਸਕਦੇ। ਪਰ ਇੱਕ ਮਿੰਟ ਪ੍ਰਧਾਨ ਜੀ ਤੁਹਾਡੇ ਨਾਲ ਸਹਿਮਤ ਆ ਇੱਕ ਮਿੰਟ ਉਹ ਲੜ ਨਹੀਂ ਸੀ ਸਕਦੇ। ਇਹ ਅਰਜੈਂਟ ਮੀਟਿੰਗ ਵੀ ਸੱਦੀ ਜਾ ਸਕਦੀ ਸੀ ਕਿ ਐਸ ਕੇ ਸੁਹੀਨ ਸਾਹਿਬ ਨੇ ਇਹ ਕਹਿਤਾ ਕਿ ਮੈਂ ਇਹ ਕੇਸ ਨਹੀਂ ਲੜਨਾ ਤਾਂ ਸਾਨੂੰ ਆਹ ਵਕੀਲ ਕਰਨਾ ਪੈਣਾ ਸਾਰੇ ਹਾਊਸ ਨੂੰ। ਉਸ ਤੋਂ ਬਾਅਦ ਸੁਣੋ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਸਮਨਿੰਗ ਹੋਈ ਕਿ ਇੱਥੇ ਪੇਸ਼ ਹੋਵੋ ਇੱਕ ਛੋਟਾ ਜਿਹਾ ਕੇਸ ਦੇ ਵਿੱਚ ਪਹਿਲਾਂ ਸਮਨਿੰਗ ਹੋਣਾ ਉਸ ਤੋਂ ਬਾਅਦ ਇਹ ਸਾਰੀ ਕਮੇਟੀ ਇਕੱਠੀ ਹੋ ਕੇ ਵਿੱਚ ਮਤਲਬ ਆਰ ਸੀ ਸਰੀਨ ਸਾਹਿਬ ਦੇ ਘਰ ਉੱਤੇ ਦਫ਼ਤਰ ਗਏ ਆ ਮੈਨੂੰ ਵੀ ਉੱਥੇ ਸੱਦਿਆ ਆਰ ਸੀ ਸਰੀਨ ਨੂੰ ਸਪੈਸ਼ਲ ਕੇਸ ਇਹ ਲੜਨ ਲਈ ਤੁਸੀਂ ਮੁਕਰਰ ਕੀਤਾ। ਉਸ ਤੋਂ ਬਾਅਦ ਮਾਨਯੋਗ ਡਾਇਰੈਕਟਰ ਸਾਹਿਬ ਨੇ ਚਿੱਠੀ ਦਿੱਤੀ ਆ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਬੰਦੇ ਵਿਰੋਧ ਕਰਦੇ ਆ ਆਰ ਸੀ ਸਰੀਨ ਦਾ ਉਹ ਆਪਣੇ ਨਾਂ ਲਗਾ ਦਿਓ ਜਿਹੜੇ ਆਰ ਸੀ ਸਰੀਨ ਦੇ ਹੱਕ ਚ ਉਹ ਆਪਣਾ ਨਾਂ ਲਗਾ ਦਿਓ ਗੱਲ ਖਤਮ ਆ ਲੜਾਈ ਦਾ ਪ੍ਰੋਪਰਟੀ ਦਾ ਰੌਲਾ ਹੈ ਰੋਪ ਦੇਖੋ ਐਸਕੇ ਸਰੀਨ ਨੇ ਦਾ ਕੇਸ ਆਪਣੇ ਹੱਥ ਉਹਦੇ ਦਾ ਰੌਲਾ ਹੈ ਉਹ ਸ਼ਾਇਦ ਇੱਕ ਨਹੀਂ ਗੱਲ ਤਾਂ ਕਰੋ ਮੇਰੀ ਗੱਲ ਸੁਣ ਆਪਣਾ ਕੰਮ ਸਾਰਾ ਇਕੱਠੀ ਹੈ ਯਾਰ ਨੇ ਪਰਸਨ ਦਾ ਰੌਲਾ ਵੀ ਹੈ ਅੱਜ ਤੱਕ ਨਹੀਂ ਅੱਜ ਤੱਕ ਆਰ ਸੀ ਸਰੀਨ ਕੋ ਕੇਸ ਹਰਿਆ ਸਾਡੀ ਕਮੇਟੀ ਦਾ ਕੋ ਨਾਲੇ ਜਿਹੜਾ ਇਹ ਦੇਖੋ ਗੁੱਸਾ ਨਾ ਕਰਿਓ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਕਿਸੇ ਦਾ ਨਾਂ ਲੈ ਕੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਪ੍ਰਧਾਨਗੀ ਦੇ ਵਿੱਚ ਉੱਥੇ ਫਾਇਰ ਬ੍ਰਿਗੇਡ ਦੇ ਦਫ਼ਤਰ ਤੇ ਮੈਂ ਜੀ ਬਾਥਰੂਮ ਪਾਸ ਕਰਾਏ ਠੇਕੇਦਾਰ ਨੇ ਨੀਹਾਂ ਭਰਤੀਆਂ ਉੱਥੇ ਜਿਹੜਾ ਤੁਹਾਡੀ ਪਾਰਟੀ ਦੇ ਬਹੁਤ ਵੱਡੇ ਲੀਡਰ ਆ ਜਿਹੜੇ ਹਰ ਥਾਂ ਤੇ ਪ੍ਰਚਾਰ ਕਰਦੇ ਜੀ ਬੱਲੂ ਨੇ ਉਹ ਕਰਤਾ ਫਲਾਨੇ ਨੇ ਉਹ ਕਰਤਾ ਜੋਗਿੰਦਰ ਸ਼ੋਕਰ ਉੱਥੇ ਆ ਕੇ ਖੜ ਕੇ ਕਹਿੰਦੇ ਮੇਰੀ ਜਗ੍ਹਾ ਹੈ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਜ ਵੀ ਐਮ ਐਲ ਏ ਸਾਹਿਬ ਉੱਥੇ ਟੋਇਲਟ ਜਿਹੜੇ ਬਣੇ ਆ
ठेकेदार नू अज तक उन्नी जिन्नी उन्हें नीयां भरिया उहदा कोई पेमेंट नहीं हुई और मैनू प्रेशर पिया कि काम बंद कराया जाए। मैं अपने हुक्म मानते हुए उदो काम बंद कराया। मतलब एक पासे तो आप कहने आप कमेटी दायदादा बचाणिया जे कमेटी का उत्ते बाथरूम बनता सी वह कहें जी जगह मेरी है मैं नहीं तो कोर्ट चो स्टे लाऊंगा। असी केस लड़ते हैं आर सी श्री सानू पता है कमेटी के हित च वा ਤੁਸੀਂ ਸਾਡੇ ਵੱਲੋਂ ਲਿਖ ਲਓ ਫਿਰ ਰਾਹੋਂ ਰੋਡ ਦੇ ਉੱਤੇ ਕਿਉਂ ਕਬਜ਼ੇ ਹੋਣ ਦੇ ਉੱਤੇ ਕਮੇਟੀ ਦੀ ਜਿਹੜੇ ਮੇਰੇ ਵੇਲੇ ਤਾਂ ਹੋਏ ਨੀ ਰਾਹੋਂ ਰੋਡ ਦੇ ਮੇਰੇ ਵੇਲੇ ਨੀ ਹੋਇਆ ਰਜਿਸਟਰੀ ਰਾਹੋਂ ਰੋਡ ਦੇ ਉੱਤੇ ਜੇ ਰਾਹੋਂ ਰੋਡ ਤੇ ਕਮੇਟੀ ਦੀ ਜਗ੍ਹਾ ਤੇ ਅੱਜ ਹਾਊਸ ਸੁਣਦਾ ਮੈਨੂੰ ਇਹ ਦੱਸਿਆ ਜਾਵੇ ਮੇਰੀ ਪ੍ਰਧਾਨਗੀ ਵੇਲੇ ਕੋਈ ਵੀ ਹੋਇਆ ਉਹਦਾ ਮੈਂ ਜਵਾਬ ਦੇ ਹਾਂ। ਜੇ ਮੇਰੇ ਪ੍ਰਧਾਨ ਬਣਨ ਤੋਂ ਵਕੀਲ ਦੀ ਗੱਲ ਕਰ ਰਹੇ ਨੇ ਮੇਰੇ ਪ੍ਰਧਾਨ ਤੋਂ ਪਹਿਲਾਂ ਕੋਈ ਕਬਜ਼ੇ ਹੋਏ ਆ ਜਿਹੜੇ ਵਕੀਲ ਦੀ ਜਿਹੜੀ ਰਾਹੋਂ ਰੋਡ ਤੇ ਹੋਇਆ ਉਹ ਤਾਂ ਮੇਰੇ ਜੰਮਣ ਤੋਂ ਪਹਿਲਾਂ ਕਬਜ਼ਾ ਹੋਇਆ ਜਿਹਦਾ ਵੀ ਹੋਇਆ ਕਮੇਟੀ ਦੀ ਜਿਹੜੀ ਮੇਨ ਰੋਡ ਤੇ ਜਗ੍ਹਾ ਉਹਦੀ ਗੱਲ ਕਰ ਰਿਹਾ ਜੀ। ਜੇ ਕੋਈ ਨੀ ਜੀ ਤੁਸੀਂ ਰੱਖ ਲਓ ਅਸੀਂ ਤੁਹਾਨੂੰ ਕਹਿੰਦੇ ਆ ਜੇ ਤਾਂ ਸਰਵਸੰਮਤੀ ਨਾਲ ਜੀ ਮੇਰੀ ਬੇਨਤੀ ਸੁਣੋ ਤੁਸੀਂ ਕਬਜ਼ਿਆਂ ਦੀ ਗੱਲ ਕੀਤੀ ਆ ਅਸੀਂ ਚਾਹੁੰਦੇ ਆ ਜਿੰਨੇ ਸ਼ਹਿਰ ਦੇ ਅੰਦਰ ਨਗਰ ਕੌਂਸਲ ਦੇ ਨਜਾਇਜ਼ ਕਬਜ਼ੇ ਕੀਤੇ ਉਹ ਕਮੇਟੀ ਦੇ ਮੇਰੀ ਬੇਨਤੀ ਸੁਣੋ ਜਿੰਨੀਆਂ ਦੁਕਾਨਾਂ ਤੁਸੀਂ ਸਾਨੂੰ ਇਹਦਾ ਦੱਸੋ ਵੀ ਕਿੰਨੀ ਇਨਕਮ ਆਉਂਦੀ ਆ ਕਿੰਨੀ ਈਓ ਸਾਹਿਬ ਨੋਟ ਕਰੋ ਅਗਲੀ ਮੀਟਿੰਗ 'ਚ ਸਾਨੂੰ ਦੱਸਿਆ ਜਾਵੇ ਕਿੰਨੀਆਂ ਦੁਕਾਨਾਂ ਆ ਔਰ ਕਿਹਨਾਂ ਦਾ ਕਿਰਾਇਆ ਪਿੰਡ ਗਿਆ ਔਰ ਨਗਰ ਕੌਂਸਲ ਉਹਨਾਂ ਕਿਰਾਏਦਾਰਾਂ ਤੇ ਕੇਸ ਕਿਉਂ ਨਹੀਂ ਕਰਦੀ ਤੁਹਾਡੇ ਕਿਹੜੇ ਹਿੱਤ ਜੁੜੇ ਉਹਦੇ ਨਾਲ ਸਾਨੂੰ ਦੱਸਿਆ ਜਾਵੇ। ਨਾਲੇ ਮੇਰੀ ਗੱਲ ਸੁਣੋ ਨਗਰ ਕੌਂਸਲ ਦੇ ਅੰਦਰ ਤੁਹਾਡੀ ਮਿਹਰਬਾਨੀ ਨਾਲ ਕਬਜ਼ੇ ਹੋਏ ਹੋ ਕਮੇਟੀ ਦੀ ਕਿਸੇ ਦੇ ਨਾਂ ਆ ਕਬਜ਼ਾ ਕੋਈ ਕਰਦਾ ਉਹ ਕਿੱਦਾਂ ਹੋ ਰਿਹਾ ਨਾਲ ਇਹ ਵੀ ਲਿਖੋ ਕਿ ਜਿਹੜੇ ਨਜਾਇਜ਼ ਕਬਜ਼ੇ ਹੋਏ ਆ ਉਹਦਾ ਬਾਰੇ ਵੀ ਆਪਾਂ ਬਿਲਕੁਲ ਅਸੀਂ ਕਹਿੰਦੇ ਆ ਪ੍ਰਧਾਨ ਜੀ ਮੇਰੀ ਬੇਨਤੀ ਸੁਣੋ ਅਸੀਂ ਸਰਬਸੰਮਤੀ ਨਾਲ ਤੁਹਾਨੂੰ ਇਹ ਪ੍ਰਵਾਨਗੀ ਦਿੰਦੇ ਆ ਹਾਊਸ ਖੜ ਕੇ ਮੀਡੀਆ ਦੇ ਸਾਹਮਣੇ ਤੁਸੀਂ ਨਜਾਇਜ਼ ਕਬਜ਼ੇ ਛਡਾਓ ਅਸੀਂ ਤੁਹਾਡੇ ਨਾਲ ਆ। ਜਿੰਨੀ ਨਗਰ ਕੌਂਸਲ ਦੀ ਚਾਹੇ 1 ਇੰਚ ਜਗ੍ਹਾ ਆ ਚਾਹੇ ਨਗਰ ਕੌਂਸਲ ਦੀਆਂ ਦੁਕਾਨਾਂ ਆ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋ ਆ ਨਾ ਜੱਲਾਂਗੇ ਕਿੰਨਾ ਕਿਰਾਇਆ ਆਉਂਦਾ ਔਰ ਕਿਹੜਾ ਕਿਰਾਇਆ ਨਹੀਂ ਆਉਂਦਾ ਜਿਹੜੇ ਸਾਡੇ ਨਾਂ ਲਿਖੋ ਜੀ ਆਪਣੇ ਸੁਲਕਸ਼ਣ ਸਿੰਘ ਭਰਾ ਨਾ ਆਪਾਂ ਕਿਉਂ ਲੜਦੇ ਇਸ ਮਾਮਲੇ ਜੋ ਡਾਇਰੈਕਟਰ ਨੇ ਕਰਤਾ ਅਸੀਂ ਕੌਣ ਹੁੰਨੇ ਆ ਡਿਪਟੀ ਡਾਇਰੈਕਟਰ ਜੇ ਕਰਤਾ ਡਾਇਰੈਕਟਰ ਨੇ ਅਸੀਂ ਨੇ ਕਰਤਾ ਪਾਇਆ ਕੋ ਕਹੀਏ ਕਿ ਡਾਇਰੈਕਟਰ ਸਾਹਿਬ ਨੇ ਜਿਹੜਾ ਲਿਖਿਆ ਐਲ ਏ ਬਦਲ ਦੋ ਬੇਨਤੀ ਪੱਤਰ ਨੂੰ ਵਿਚਾਰਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਆਰ ਸੀ ਸ੍ਰੀ ਐਡਵੋਕੇਟ ਨੂੰ ਨਗਰ ਕੌਂਸਲ ਨਵਾਂ ਸ਼ਹਿਰ ਦੇ ਵਕੀਲ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਪ੍ਰਤੀ ਕੇਸ ਦਿੱਤੀ ਜਾਣ ਵਾਲੀ ਫੀਸ ਪ੍ਰਤੀ ਕੇਸ ਅਦਾ ਕੀਤੀ ਜਾਵੇ। ਇਸ ਵਿਭਾਗ ਦੀਆਂ ਹਦਾਇਤਾਂ ਮਿਤੀ 1/11/2011 ਅਨੁਸਾਰ ਸ੍ਰੀ ਆਰ ਸੀ ਸ੍ਰੀ ਨੂੰ ਲੀਗਲ ਐਡਵਾਈਜ਼ਰ ਲਗਾਉਣ ਲਈ ਫੈਸਲਾ ਮਤੇ ਦੇ ਰੂਪ ਵਿਚ ਲੈ ਲਿਆ ਜਾਵੇ। ਤੁਸੀਂ ਲੈ ਜਾਂਦਾ ਨਿਯੁਕਤ ਕਰ ਦਿੱਤਾ ਸਿਰਫ ਅਸੀਂ ਮਤੇ ਦੀ ਸ਼ੇਪ ਚ ਲਿਆ ਹੈ। ਕੋਈ ਵੀ ਅਗਰ ਕਮੇਟੀ ਦਾ ਡੀਏ ਵਧਦਾ ਕੋਈ ਇਨਕਰੀਮੈਂਟ ਵਧਦੀਆਂ ਕੋਈ ਪੇ ਸਕੇਲ ਵਧਦੇ ਆ ਫੋਰ ਇਨਫੋਰਮੇਸ਼ਨ ਕਮੇਟੀ ਵਾਸਤੇ ਰੱਖਣਾ ਜ਼ਰੂਰੀ ਹੁੰਦਾ ਉਹ ਅਸੀਂ ਰੱਖ ਦਿੱਤਾ। ਜੇ ਫੋਰ ਇਨਫੋਰਮੇਸ਼ਨ ਆ ਫਿਰ ਤੁਸੀਂ ਕੁਝ ਨਹੀਂ ਸਕਦੇ ਜੇ ਆਪਾਂ ਮੰਨ ਲਓ ਆਰਸੀ ਸਿੰਘ ਦੇ ਉੱਠ ਜਾਂਦੇ ਆ ਇਹ ਸਾਰੇ ਕਹਿੰਦੇ ਪਏ ਆ ਇਹੋ ਸਾਹਿਬ ਇਹ ਇੱਕ ਮਿੰਟ ਪਲੀਜ਼ ਇਹੋ ਸਾਹਿਬ ਜੇ ਆਰਸੀ ਸਿੰਘ ਦੇ ਆਪਾਂ ਉੱਠ ਜਾਂਦੇ ਆ
ਤੁਹਾਨੂੰ ਸ਼ੋਅ ਕਾਜ ਨੋਟਿਸ ਸਾਰੇ ਹਾਊਸ ਨੂੰ ਹੋ ਸਕਦਾ ਅਸੀਂ ਨਹੀਂ ਜਾਣਿਆ ਤੇ ਉਲਟਾ ਸਾਡੇ ਨਾਂ ਲਿਖੋ ਅਸੀਂ ਸਾਡੇ ਨਾਂ ਲਿਖੋ ਮੇਰਾ ਅੱਛਾ ਦੂਸਰੀ ਜੇ ਇਹਦੇ ਕੇਸ ਚ ਤੁਹਾਡੀ ਦੋ ਰਾਮਾ ਆ ਮਤਲਬ ਦੋ ਗਰੁੱਪਾਂ ਦੀਆਂ ਦੋ ਰਾਮਾ ਆ ਜਿਹੜੇ ਉਹਦੇ ਹੱਕ ਦੇ ਵਿੱਚ ਆ ਆਰਸੀ ਸ਼ਰੀਨ ਦੇ ਉਹ ਸ਼ੋਅ ਆਫ ਹੈਂਡਸ ਕਰ ਦਿਓ ਮਾਰੋ ਅਸੀਂ ਹੱਕ ਜਾ ਰਹੇ ਹਾਂ ਸ਼ੋਅ ਕਰੋ ਦਵਾਲ ਕੋ ਨਹੀਂ ਆ ਜਾਂ ਤੇ ਕੋ ਕਰ ਸਰਕਾਰ ਨੇ ਮਾਰਨ ਦਾ ਤੁਹਾਨੂੰ ਮੰਨੋ ਤੁਸੀਂ ਕਿਥੋਂ ਕਰੋ ਸਾਡੇ ਮੇਂ ਗੱਲ ਸੱਚ ਕਰੋ ਫਿਰ ਮੈਂ ਕਿਹਾ ਇਸ ਤਰ੍ਹਾਂ ਦੇ ਕਹਿਤਾ ਤੁਹਾਡੀ ਹਾਊਸ ਦੀ ਕਾਦੀ ਪਾਵਰ ਹੈ ਜੇ ਉੱਪਰੋਂ ਹੀ ਆਣੇ ਆਉਂਦੇ ਸਰਕਾਰ ਨੇ ਬਣਾ ਸਰਕਾਰ ਨੇ ਇਦਾਂ ਨਹੀਂ ਕਿਹਾ ਸਰਕਾਰ ਨੇ ਸਰਕਾਰ ਨੇ ਸਿਰਫ ਇੱਕ ਜੇ ਸੱਟੋ ਜੀ ਇੱਕ ਮਿੰਟ ਜੇ ਤਰ੍ਹਾਂ ਜੀ ਲੇਖਕ ਆਪਾਂ ਸਾਰੇ ਨਹੀਂ ਸਾਡਾ ਨਾਮ ਲਿਖੋ लिखो हक च डॉक्टर कमल बाकी उल्ट लिखाने लिखा दो दो जे सरकार ने नियुक्त कर दिता ताईओ साहब कहते सानू नोटिस जारी होना आपा नोटिस नहीं करा जांदे फिर वो इनफॉरमेशन से की होगा जेड़ा डायरेक्टर फिर ओनु आपा एक मिनट एमएलए साहब मेरी बेनती एक मिनट डायरेक्टर दे लीगल सेल ने रिपोर्ट बनाई होगी मेरी बेनती मन्नो तुसी साडे सारे दे 11 नाम लिख दियो ये अपने लिखा दियो जो होगा देखी जाऊगा लिख दो बाकी जे लिखाना चाहते तो नाल सारे लिखा दो तुसी जो कहंदे वे होणे बाकी होणगे जी कियो साहब देखो पहले पर दसो जो तुहानू लेटर आया बिल्कुल होएगा जो लेटर आया होणगे होणगे मैं दूंगा सुनो मेरी गल देख मैं दस दंदे बोलो सारे ठीक है गल तो क्लियर हो गए ਯਾਰ ਗੱਲ ਨਹੀਂ ਸਮਝ ਰਿਹਾ ਆਪਾਂ ਕੱਲੀ ਪੁਆਇੰਟ
चेतराम डॉक्टर नछत्रपाल एम एल ए साहब आंटी जिंदरजीत कौर बलविंदर कौर परवीर कौर बलविंदर कौर मक्खण सिंह उन्नी मेंबर हाजिर है जी एमएलए समेत अपने मैं इस गल का पहला विरोध करता रहा जेड़ा एल ए नियुक्त है फिर कल ही तुम लिया जिन्होंने आर सी सरीन के लिखना मोहरे जिन्होंने एस के सरीन के अंक च पाए सात मैंबर प्रधान जी आप कंट्रोवर्सी कहू पैना है कानू कंट्रोवर्सी च पैना जे आप इस चक्कर च कानू यार कुछ कर
कीड़ा पाइया था सारे मत खत्म हो गए कर रही है यार कुड़ी का भी मीटिंग खत्म करिए रुके प्रधान जी डाक्टर साहब बैठे आप चलो हाउस के सारे साझे ही नगर कौंसल पेंशन यू लाई जाए साड़ी मेंबर का पाया टेबल दो मिनट जी पेंशन जिथे प्रधान आई पहले संरक्षण करो और टेबल आइटम चुप करो प्रेस वाले सुन लो जिथे आप एक मिनट जिथे इना रोला पैंदा कमेटी की जगह ते कब्जे हो गए कमेटी की जगह ते आ हो गया साड़ी सारे की आवाज बुलंद कर दी प्रेस एक टेबल आइटम जे मता पाया जाए प्रेस क्लब लई जगह जे अगर प्रेस क्लब लई कमेटी जगह दिंदी आ फंड सरकार वल्लों आउगे बनाने लई फंड आउगे सरकार गल करके एक मिनट जी हेलो एक मिनट ये मता एक मिनट ये प्रेस वाले सुन लो कमेटी कमेटी मता पाके दूगी अपने लैटर पैड दे एक रिप्रेजेंटेशन दफ्तर नूं दित्ती जावे
लैटर पैड से लिख के ईओ साहब नू दे दियो प्रेस तुहाडी आवाज बनूगी तुही साडी आवाज बनो प्रधान जी आप बोले नहीं की छे महीने बाद बिल्डिंग हुई है कानूनन जे किसी ना सलाह ले लिया करो आप तुसी एबीसी करके 25 जीती आई हां दिखाइया जो भी है 12 दिखाइया चलो तुसी कर लेनिया हुण मैं बोलन लगी हां हुण ते केतरम तेरे वास्ते बैठ जा लैटा दा चमकाता कूड़ा ओ चकड़ा के ने ओ भी पाओ सारे एमसी बोलो पर जड़े साडे महल्ले दे बैच बंद पे आया ओ बोलो केले ने टबड़ा कर कीता तुसी गल्ला कर केड़े केले ने जने ने नोट कटाया ही बच्चे ने कर दिया जिदा ना मेरा जगह तुहाडा है उस वेले तुसी माथे पाए तुसी सैंड कीते उस वेले तुसी तसली ना मेरी गल सुनो दो तीन मसले बड़े अहम आ एक जेड़े चूड़े वाली इन्होंने डेथ की गल की एक जेड़ी मिल की कालक की देखो 19 एमसी जेड़ा कालक वाला मसला आ एमएलए साहब की नाल सके असि सारे एक मत आ डंप वाली टेबल आइटम डंप वाली अगली मीटिंग च अंडे च लिया ये कमेटी थोड़े प्रेस क्लब नू जगह दिंदी सब तो पहला एक ही अलर्जा मैं दूंगा थैंक यू जेड़ा बाबा जी का 10 लाख रुपया हाउस एस्टीमेट बना के 10 लाख करे ही मीटिंग सदन जनवरी के पहले देखो हम एमएलए साहब अभी थोड़ा जमीन देख लिया जमीन तो इन्होंने देखनी सी फिर भी होया भी सोच लो शहर बारे जो मेनु शिक्षा दें अपने आप से लो अपने आप से लागू करो मेरी गाइड गाइड करने की लोड़ है रात नू कह देना मैं साइन नहीं करने सवेर नू कर दिना तीन तेरा तेरा घंटा ऐदा ही
देखो होर तो लिखने जी मेन बंदे चको पहला लोगों के घर च लाइटा ही लाने कुछ पूरे कोले लाइटा लुआई जाने देखो प्लीज पहला साइन करा लो कोई सुनवाई है कमेटी के अंदर प्रधान जी पहला जवाब दे प्रधान जी नहीं मुश्किल अपने लेवल से कोई काम कर सकता या नहीं कर सकता कोई भी काम करा चाहे लाइटा का चाहे गलियां का सामू या तो प्रधान जी कहना पैदा दस बारी आई सामू कहना पैदा यह कर्मचारी जी अपने लेवल से कोई रिस्पॉन्सिबिलिटी नहीं बनती है एमसी की गल सुन या हर काम की गल प्रधान आई हूं बिच वाला पैना जिन्ने भी मुद्दे इतने अज तक मैं चके ने एक भी मुद्दे का हल नहीं होया है एक भी मुद्दे का सफाई दसो के मसला हल होया किसी का पानी का नहीं हो डॉक्टर अंबेडकर भवन इंद्रपुरी लाइटा नहीं लग रही असि की करिए सीवरेज सारा खराब हो गया सीवरेज आले नहीं आ रहे ना डॉक्टर ना सीवरेज का आंदा ना सड़क साडे बनी साडे वार्ड एक भी इट नहीं लगी पुछो चेतराम दे वार्ड चीटा लगी है मेरे वार्ड च क्यों नीटा लगी है होर बाकी सारे ने वार्डा चीटा लाती साडे क्यों साडे पुछो फिर तुसी सारे एमसी बोलो जो सरकार थी अहि सरकार जमनी चलानिया सी अंकल सिंह ने सा जिंदाबाद कराती है गोलियां लाटा लाइया अंकल जिंदाबाद रहना है कर दे पई है जिंदाबाद प्रधान ने किया समस्या का हल नहीं हो रहा इना टेंपरेरी तौर पर ना अस्थाई तौर पर जे लाइटा नहीं रिपेयर हो रही है लोगों ने टाइम कटना अपना कोई टेंपरेरी हल करो है अपना जो शहर सफाई खासकर शुगर मिल का भी कम सफाई की समस्या हैगी है पर टेंप सब तो बड़ी समस्या शुगर मिल की बनी हुई है लोगों को हेल्थ इश्यूज हो रहे हैं सारी प्रॉब्लम आ रही है एडीसी साहब उन्होंने ऑर्डर करे पर्चा दर्ज नहीं खिलाफ जो कार्रवाई करनी सी एडीसी साहब ने एसडीएम कहता सी उन्हें दो तीन दिन बंद रखा सी उस बाद कोई चिमनी जुमनी की सफाई की है वो मैं जीएम ना हम गल कर लाइन जब तक बंद कर दो चिमनी एमएलए साहब गल सुनो ध्यान आ कमेटी घर के नाल बाथरूम बने इतने पानी है नहीं गा मैं डीसी साहब भी इंस्पेक्शन से आके कह के गए लेकिन इतने कोई ध्यान नहीं दिता जाता कहते पलंबर ही है नहीं साढ़े को देखो एक मेन कमेटी घर का जो बाथरूम पानी नहीं गंदा कॉलेज रोड बच्चे लंघते मूह औरत लंघद मूह ढक के लंघना पैंता जी इतों मीटिंग करके लेडीज अपनी गल रखूगी साडिया भैणा जिहड़ियां वधिया कालक दे मुद्दे ते की कहना तुसीं क्योंकि कालक वाले मामले च असीं मानजोग एडीसी साहब ने एसडीएम नूं आर्डर कीते सी उन्हां दे खिलाफ ते उन्हां ने उदों बंद कर दित्ता सी प्लांट
ਤੇ ਹੁਣ ਇਹ ਦੁਬਾਰਾ ਫੇਰ ਕੋਈ ਪ੍ਰੋਬਲਮ ਆਈ ਆ ਪਰ ਉਹਨਾਂ ਨਾਲ ਡੀਐਮ ਤੇ ਕਬਜ਼ਿਆਂ ਦੀ ਗੱਲ ਕਰਦੇ ਸੀ ਨਗਰ ਕੌਂਸਲ ਜਿਹੜੀ ਜ਼ਮੀਨ ਉਹਦੇ ਕਬਜ਼ੇ ਛਡਾਣੇ ਉੱਚ ਤੁਸੀਂ ਨਾਲ ਆਉਂਗੇ ਫਿਰ ਵਧੀਆ ਗੱਲ ਆ ਜੇ ਕੋਈ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੈ ਸਰਕਾਰੀ ਥਾਂ ਤੇ ਉਹ ਸਾਨੂੰ ਚਲੋ ਜੇ ਤੁਹਾਨੂੰ ਬੁਲਾਇਆ ਜਾਊਗਾ ਤੁਸੀਂ ਆਉਂਗੇ ਅਸੀਂ ਵੀ ਆ ਜਾਾਂਗੇ ਜਨਾਬ ਐਮਐਲਏ ਸਾਹਿਬ ਇੱਕ ਅੱਜ ਮਤਾ ਜਿਹੜਾ ਪਿਆ ਵਾ ਇੱਥੇ ਪ੍ਰੈਸ ਕਲੱਬ ਨੂੰ ਲੈ ਕੇ ਤੇ ਅਸੀਂ ਚਾਹਾਂਗੇ ਤੁਹਾਡੇ ਥਰੂ ਸੀਐਮ ਸਾਹਿਬ ਤੋਂ ਸਾਨੂੰ 10 ਲੱਖ ਰੁਪਏ ਵੀ ਲੈ ਕੇ ਦੇਵਾਂਗੇ ਕਿਉਂਕਿ ਉਹ ਤਾਂ ਬਹੁਤ ਵਧੀਆ ਗੱਲ ਆ ਜੀ ਆਪਾਂ ਤੁਹਾਨੂੰ ਨਾਲ ਲੈ ਕੇ ਮਾਨਯੋਗ ਸੀਐਮ ਸਾਹਿਬ ਨੂੰ ਮਿਲਾਂਗੇ ਹੋ ਸਕਦਾ ਜ਼ਿਆਦਾ ਹੀ ਦਵਾ ਦਈਏ 10 ਨਾ ਬਣਨਾ ਨਹੀਂ ਹੈਗਾ ਪ੍ਰੈਸ ਕਲੱਬ ਹੈ ਨੀ ਆਪਣੇ ਕੋਲ ਰੈਸਟ ਹਾਊਸ ਹੈ ਨੀ ਏਦਾਂ ਦੀਆਂ ਕਈ ਥਾਂ ਹੈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖ ਕੇ ਦਿੱਤੀ ਹੈ ਸਾਨੂੰ ਚੀਜ਼ਾਂ ਚਾਹੀਦੀਆਂ ਤੇ ਉਹਨਾਂ ਨੇ ਹੋ ਸਕਦਾ ਜਨਵਰੀ ਚ ਕਹਿੰਦੇ ਸੀ ਮੈਂ ਆਪਾਂ ਬੁਲਾ ਕੇ ਡਿਸਕਸ ਕਰ ਲਵਾਂਗੇ ਦਫ਼ਤਰ ਖੋਲ ਰਹੇ ਨਵਾਂ ਸ਼ਹਿਰ ਰੈਗੂਲਰ ਗੇੜਾ ਕਦੋਂ ਵੱਜੇ ਕਿਉਂਕਿ ਨਵਾਂ ਸ਼ਹਿਰ ਸਾਡੇ ਕੋਲ ਪਰਮਾਨੈਂਟ ਆਫਿਸ ਆ ਕੇਸੀ ਟਾਵਰ ਦੇ ਅੰਦਰ ਜਿੱਥੇ ਮੈਂ ਹਰੇਕ ਸੋਮਵਾਰ ਨੂੰ ਸਾਰਾ ਦਿਨ ਬੈਠਦਾ ਔਰ ਉਸ ਤੋਂ ਬਾਅਦ ਸਾਡੇ ਜਿਹੜੇ ਰਿਟਾਇਰਡ ਇੰਪਲਾਈਜ਼ ਆ ਉਹ ਉਸ ਦਫ਼ਤਰ 'ਚ ਬਹਿੰਦੇ ਆ ਅਸੀਂ ਸ਼ੁੱਕਰਵਾਰ ਦਾ ਟਾਈਮ ਰੱਖਿਆ ਨਗਰ ਕੌਂਸਲ ਆਹ 2 ਘੰਟੇ ਬੈਠਣ ਦਾ ਕਿੱਦਾਂ ਆਪਾਂ ਨਵਾਂ ਸ਼ਹਿਰ ਵੀ ਦਫ਼ਤਰ ਬੈਠ ਲਿਆ ਕਰਾਂਗੇ ਜੀ ਕਿਉਂਕਿ ਅਸੀਂ ਤਾਂ ਅਵੇਲੇਬਲ ਹੀ ਆ ਸਾਨੂੰ ਹੋਰ ਕਿਉਂਕਿ ਕਾਲਕ ਦੇ ਮਸਲੇ ਤੇ ਨਾ ਲੋਕ ਬਹੁਤ ਪਰੇਸ਼ਾਨ ਨੇ ਅਸੀਂ ਕਈ ਵਾਰੀ ਵੀਡੀਓਸ ਕੀਤੀਆਂ ਜਦੋਂ ਮਾਮਲਾ ਆਇਆ ਸੀ ਨਾ ਤੇ ਪਰਮ ਖਾਲਸਾ ਜੀ ਨੇ ਸਾਡੇ ਧਿਆਨ 'ਚ ਲਿਆਂਦਾ ਸੀ ਅਸੀਂ ਸਾਰੇ ਇਕੱਠੇ ਹੋ ਕੇ ਮਾਨਯੋਗ ਏਡੀਸੀ ਸਾਹਿਬ ਕੋਲ ਉਦਣ ਗਏ ਸੀਗੇ ਤਾਂ ਉਹਨਾਂ ਨੇ ਜੀਐਮ ਸਾਹਿਬ ਨੂੰ ਔਰ ਮਾਨਯੋਗ ਐਸਡੀਐਮ ਨੂੰ ਕਿਹਾ ਸੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੁਣ ਵੀ 2 ਤਰੀਕ ਤੱਕ ਦਾ ਸਮਾਂ ਉਹਨਾਂ ਨੇ ਲਿਆ ਤੇ ਅੰਦਰ ਪਰਮ ਖਾਲਸਾ ਜੀ ਨੇ ਕਿਹਾ ਕਿ ਜੇਕਰ ਨਹੀਂ ਹੁੰਦਾ ਫਿਰ ਅਸੀਂ ਸਾਰੇ ਐਮਸੀ ਰਲ ਕੇ ਬਹਿ ਜਾਂਦੇ ਹਾਂ ਜੇ ਐਮਸੀ ਬਹਿ ਜਾਂਦੇ ਆ ਫਿਰ ਐਮਐਲਏ ਸਾਹਿਬ ਬੈਠਣਗੇ ਉਹ ਤੋਂ ਪਹਿਲਾਂ ਹੀ ਬਾਬਾ ਹੱਲ ਕਰਾ ਲੈਣ ਮਾਮਲਾ ਬੈਠਣ ਦੀ ਜੇ ਐਮਐਲਏ ਬਣ ਕੇ ਬੈਠਣਾ ਪਿਆ ਫਿਰ ਫਾਇਦਾ ਕੀ ਹੋਇਆ ਚਲੋ ਬਹੁਤ ਸਾਡਾ ਫਰਜ਼ ਬਣਦਾ ਹੱਲ ਬਹੁਤ ਬਹੁਤ ਸ਼ੁਕਰੀਆ ਐਮਐਲਏ ਸਾਹਿਬ ਨੇ ਕਿਹਾ ਕਿ ਮਸਲਾ ਹੱਲ ਕਰਾਉਣਗੇ ਉਹਨਾਂ ਦੇ ਧਿਆਨ ਵਿੱਚ ਹੈ ਆਓ ਵੀਰੇ ਆਪਾਂ ਅੰਦਰ ਜਿਹੜੀ ਮੀਟਿੰਗ ਚੱਲਦੀ ਹੈ ਉਹ ਦਿਖਾ ਦਈਏ ਔਰ ਇਹੀ ਡਾਕਟਰ ਨਛੱਤਰਪਾਲ ਉਹਨਾਂ ਦੀ ਵਧੀਆ ਗੱਲ ਹੈ ਕਿ ਹਲੀਮੀ ਨਾਲ ਗੱਲ ਕਰਦੇ ਆ ਔਰ ਮੈਮ ਤੁਸੀਂ ਕੋਈ ਪੱਖ ਨਹੀਂ ਰੱਖਣਾ ਆਪਣਾ ਸਾਰੇ ਜਾਣਿਆਂ ਨੇ ਬਹੁਤ ਜਲਦੀ ਹੋਰ ਇੱਕ ਵੀਡੀਓ ਨਾਲ ਇੱਥੋਂ ਹੀ ਤੁਹਾਡੇ ਸਾਹਮਣੇ ਆਉਂਦੇ ਹਾਂ ਪਰ ਥੋੜ੍ਹੇ ਅਸੀਂ ਸਰਪ੍ਰਾਈਜ਼ ਹੈ ਕਿਉਂਕਿ ਆਹ ਡਿਪਾਰਟਮੈਂਟ ਤਾਂ ਬੋਲਿਆ ਹੀ ਨਹੀਂ ਸਿਰਫ 1-2 ਜਾਣੇ ਹੀ ਲੱਗੇ ਕਿ ਜਿਵੇਂ ਮੀਟਿੰਗ ਸਾਰੀ ਉਹਨਾਂ ਦੇ ਅੰਡਰ ਹੀ ਚੱਲ ਰਹੀ ਹੈ ਤਾਂ ਆਹ ਡਿਪਾਰਟਮੈਂਟ ਤਾਂ ਸੁਸਤ ਸੀਗਾ ਹਾਲਾਂਕਿ ਪ੍ਰਧਾਨ ਜੀ ਥੋੜ੍ਹੀ ਬਹੁਤੇ ਗੱਲ ਕਰ ਰਹੇ ਸੀਗੇ ਇੱਧਰ ਵਾਲਾ ਡਿਪਾਰਟਮੈਂਟ ਹੀ ਤੇਜ਼ ਸੀ ਜਿਨ੍ਹਾਂ ਦੀ ਗੱਲ ਸਾਹਮਣੇ ਆ ਰਹੀ ਸੀਗੀ ਪਰ ਅਸੀਂ ਚਾਹਾਂਗੇ ਕਿ ਜੇ 19 ਦੇ 19 ਵਾਰਡ ਆ ਤਾਂ ਸਾਰੇ ਹੀ ਐਮਸੀ ਜਿਹੜੇ ਆਪਣਾ ਪੱਖ ਰੱਖਣ ਹਾਲਾਂਕਿ ਸੀਸ ਕੌਰ ਬੀਕਾ ਹੁਣ ਵੀ ਗੱਲਬਾਤ ਕਰ ਰਹੇ ਆ ਆਓ ਵੀ ਸੀਸ ਕੌਰ ਬੀਕਾ ਉਹ ਹੁਣ ਵੀ ਵਰਿਡ ਨੇ ਸਮੋਸੇ ਖਾਂਦੇ ਖਾਂਦੇ ਵੀ ਕਹਿ ਰਹੇ ਆ ਕਿ ਡੰਪ ਚੱਕਿਆ ਜਾਣਾ ਚਾਹੀਦਾ ਪਰ ਸੀਸ ਕੌਰ ਬੀਕਾ ਦੀ ਆਵਾਜ਼ ਬੜੀ ਵਾਰ ਦਬਾ ਦਿੱਤੀ ਜਾਂਦੀ ਆ ਠੀਕ ਹੈ ਨਾ ਸਹੀ ਗੱਲ ਕਹੀ ਮੈਂ ਕਿ ਨਹੀਂ ਤੁਹਾਡੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਨਾ ਮੇਰੀ ਆਵਾਜ਼ ਤਾਂ ਭਾਵਾਂ ਸਾਰੇ ਆ ਜਾਵੇ ਕੋਈ ਅਫਸਰ ਵੀ ਆ ਜਾਵੇ ਡੀਸੀ ਆ ਜਾਵੇ ਮੁੱਖ ਮੰਤਰੀ ਵੀ ਆ ਜਾਵੇ ਮੈਂ ਹਨਾ ਡੰਪ ਬਾਰੇ ਬੋਲੂ ਸਾਡੇ ਮਹੱਲੇ ਦੇ ਵਿੱਚ ਨਾ ਲਾਈਟਾਂ ਜਗਦੀਆਂ ਨਾ ਸੀਵਰੇਜ ਚੱਲਦਾ ਨਾ ਉੱਥੇ ਦੇਖੋ ਪਾਣੀ ਦੀ ਇੰਨੀ ਸਮੱਸਿਆ ਕਹਿੰਦੇ ਇਹਨਾਂ ਨੇ ਕਿਹਾ ਸਾਡੇ ਹਨਾ ਨਵੇਂ ਸ਼ਹਿਰ ਨੂੰ ਵਾਰਡ ਮਿਲਿਆ ਕਾਹਦਾ ਮਿਲਿਆ ਸਾਡੇ ਮਹੱਲੇ ਤਾਂ ਗੰਦ ਪਿਆ ਆ ਦਿਖਾ ਲਓ ਮੈਂ ਦਿਖਾ ਲਦੀ ਆ ਚਲੋ ਆਓ ਹੈ ਅਸੀਂ ਕਿੱਦਾਂ ਕਹੀਏ ਇਹ ਸਾਡਾ ਨਵਾਂ ਸ਼ਹਿਰ ਸੁੰਦਰ ਆ ਸੁੰਦਰ ਨੀ ਬਿਲਕੁਲ ਗੰਦ ਆ ਮੈਂ ਕਹਿੰਦੀ ਗੰਦਾ ਆ ਸ਼ਹਿਰ ਏਦਾਂ ਦਾ ਗੰਦਾ ਸ਼ਹਿਰ ਮੈਂ ਦੇਖਿਆ ਸੁਣ ਲਿਆ ਤੁਸੀਂ ਮੈਮ ਕਹਿੰਦੇ ਕਿ ਸਭ ਤੋਂ ਗੰਦਾ ਸ਼ਹਿਰ ਆ ਏਦਾਂ ਦਾ ਗੰਦਾ ਸ਼ਹਿਰ ਕਿਤੇ ਦੇਖਿਆ ਨੀ ਇੱਕ ਸਵਾਲ ਹੋਰ ਆ ਮੇਰਾ ਤੁਸੀਂ ਜਿਹੜਾ ਕਬਜ਼ਿਆਂ ਦੀ ਗੱਲ ਕਰਦੇ ਸੀ ਕੀ ਸਾਰੇ ਐਮਸੀ ਹੁਣ ਨਾਲ ਜਾਣਗੇ ਇਹਨਾਂ ਤੋਂ ਪੁੱਛ ਲਿਆ ਤੁਸੀਂ ਸਾਰਿਆਂ ਨੇ ਹਾਊਸ ਦੇ ਵਿੱਚ ਕਿਹਾ ਕਿ ਆਪਾਂ ਜਿੰਨੇ ਵੀ ਨਜਾਇਜ਼ ਕਬਜ਼ੇ ਆ ਸਾਰੇ ਇਕੱਠੇ ਹੋ ਕੇ ਲਿਸਟ ਤਿਆਰ ਹੈ ਤੁਹਾਡੇ ਤਿਆਰ ਹੋ ਜਾਣੀ ਜੀ ਹਫ਼ਤੇ ਦੇ ਵਿੱਚ ਤੇ ਖਾਲਸਾ ਜੀ ਤੁਸੀਂ ਗੱਲ ਹੋਰ ਕਹੀ ਹੈ ਕਿ ਜੇਕਰ ਡੰਪ ਦਾ ਮਸਲਾ ਨਹੀਂ ਚੱਕ ਹੁੰਦਾ ਸਾਰੇ ਜਣੇ ਅਸੀਂ ਰਲ ਕੇ ਧਰਨਾ ਲਾਵਾਂਗੇ ਕੀ ਲਾਉਂਗੇ ਫਿਰ ਜੇ ਮਸਲਾ ਨਹੀਂ ਹੱਲ ਹੁੰਦਾ ਦੇਖੋ ਜਿਹੜਾ ਡੰਪ ਵਾਲਾ ਮਸਲਾ ਆ ਮੈਂ ਪਹਿਲਾਂ ਵੀ ਹਾਊਸ ਗਿਆ ਇੱਕ ਡੰਪ ਵਾਲਾ ਮਸਲਾ ਇੱਕ ਕਾਲਖ ਦਾ ਮਸਲਾ 19 ਐਮਸੀ ਸਾਹਿਬਾਨ ਨੂੰ ਬੇਨਤੀ ਕੀਤੀ ਆ ਕਿਉਂਕਿ ਇਹ ਕਿਸੇ ਪਾਰਟੀ ਦਾ ਇਸ਼ੂ ਨਹੀਂ ਇੱਕ ਸ਼ਹਿਰ ਦਾ ਇਸ਼ੂ ਆ ਸ਼ਹਿਰ ਦੇ ਅਸੀਂ ਸਾਰੇ ਨੁਮਾਇੰਦੇ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਪ੍ਰਧਾਨ ਜੀ ਨੂੰ ਵੀ ਤੁਸੀਂ ਸਾਡੇ ਪ੍ਰਧਾਨ ਆ ਨਗਰ ਕੌਂਸਲ ਦੇ ਗਵਾਹੀ ਕਰੋ
19 एमसी धरने च बैठे हुए जिथे का भी प्रोग्राम जे मसला नहीं हल हुंदा देण किते प्रोग्राम प्रधान जी नाल बैठांगे बिना पार्टी प्रधान जी की कहना हुण तुसीं ओह कहिंदे बिना पार्टी वाज तों उपर उठ के जे कालक दा मसला नहीं हल हुंदा धरने ते 19 एमसी बैठांगे बिलकुल सही कहा जी इह तां साडा सारिआं दा साडा आपणे साडे घर कहिंदा नहीं आउंदी ਕਾਰਾਂ ਬੁਰੇ ਹਾਲ ਹੋਏ ਸੜਕਾਂ ਦੇ ਬੁਰੇ ਹਾਲ ਹੋਏ ਨੇ ਆਪਾਂ ਪ੍ਰੋਗਰਾਮ ਬਹੁਤ ਜਲਦੀ ਬਣਾਉਂਦੇ ਆ ਤੇ ਗੱਲ ਕਰਦੇ ਹਾਂ ਤੁਸੀਂ ਵੀ ਜਾ ਕੇ ਆਏ ਕਦੋਂ ਤੱਕ ਉਮੀਦ ਹੈ ਦੇਖੋ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਮਿੱਲ ਤਾਂ ਉਸੇ ਵੇਲੇ ਬੰਦ ਕਰਾਉਣ ਦੇ ਹੁਕਮ ਹੋਏ ਸੀ ਪਰ ਉੱਥੇ ਕਿਸਾਨ ਆਏ ਸੀ ਉਹਨਾਂ ਨੂੰ 2 ਤਰੀਕ ਤੱਕ ਪਰਚੀਆਂ ਕੋਈ ਗੰਨੇ ਦੀਆਂ ਪਰਚੀਆਂ ਕੱਟੀਆਂ ਸੀ ਉਹਨਾਂ ਨੇ 600 ਪਰਚੀ ਤੁਸੀਂ ਵੀ ਉੱਥੇ ਹੀ ਸੀ ਉਹ ਪਰਚੀਆਂ ਉਹਨਾਂ ਦੀਆਂ ਮੇਰਾ ਖਿਆਲ 2 ਤੱਕ ਖਤਮ ਹੋ ਜਾਣੀਆਂ 3 ਨੂੰ ਸ਼ਟ ਡਾਊਨ ਕਰਕੇ ਮਿੱਲ ਠੀਕ ਕਰਕੇ ਹੀ ਚਲਵਾਵਾਂਗੇ ਤੁਸੀਂ ਸਾਰਿਆਂ ਦੀ ਗੱਲਬਾਤ ਸੁਣ ਲਈ ਹੈ ਇਸ ਪਾਸਿਓਂ ਕੋਈ ਪੱਖ ਨਹੀਂ ਆਇਆ ਫਿਰ ਤੋਂ ਹੈਰਾਨ ਹੈ ਅਸੀਂ ਔਰ ਤੁਸੀਂ ਪੂਰੀ ਗੱਲ ਸੁਣ ਲਈ ਹੈ ਜੀ ਔਰ ਮੱਖਣ ਜੀ ਦਿਖਾ ਦਿਓ ਹਾਲਾਤ ਸਹੀ ਵੀ ਨਹੀਂ ਹੈ ਫਿਰ ਵੀ ਮੀਟਿੰਗ ਅਟੈਂਡ ਕਰਨ ਆਏ ਸੀਗੇ ਤਾਂ ਇਹਨਾਂ ਦੇ ਸੱਟ ਚੋਟ ਲੱਗੀ ਹੋਈ ਹੈ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਮੀਟਿੰਗ ਦੀ ਸਾਰੀ ਗੱਲਬਾਤ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਪਰ ਬਹੁਤ ਸਾਰਾ ਪੱਖ ਰਹਿ ਗਿਆ ਕਿਉਂਕਿ ਕੁਝ ਕੁ ਜਿਹੜੇ MC ਸਾਹਿਬਾਨ ਨੇ ਥੋੜ੍ਹੇ ਸੁਸਤ ਨਜ਼ਰ ਆ ਰਹੇ ਆ ਉਹ ਆਪਣੇ ਪੱਖ ਨਹੀਂ ਰੱਖਦੇ ਮੈਮ ਨੇ ਵੀ ਆਪਣਾ ਕੋਈ ਪੱਖ ਨਹੀਂ ਰੱਖਿਆ ਹੋਰ ਵੀ ਬੜੇ ਲੇਡੀਜ਼ ਆ ਜਿਨ੍ਹਾਂ ਨੇ ਆਪਣਾ ਪੱਖ ਨਹੀਂ ਰੱਖਿਆ ਤਾਂ ਤੁਸੀਂ ਬਣੇ ਰਹਿਣਾ ਵੀ ਬੱਤੀ ਨਵਾਂ ਚੈਨਲ ਆਪਣੇ ਛੋਟੇ ਵੀ ਦਿਨੇਸ਼ਵਰੀ ਕੈਮਰਾ ਪਰਸਨ ਵਿੱਚ ਕੋਈ ਜਸ ਤੋਂ ਬਹੁਤ ਫਿਰ ਤੋਂ ਅਸਰ ਮੰਗੇ ਸਤਿ ਸ਼੍ਰੀ ਅਕਾਲ।